ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਪੇਂਡੂ ਟੀ ਵੀ। ਅੱਜ ਅਸੀਂ ਉਹ ਦੋ ਫਨਕਾਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਆਪਣਾ ਨਾਮ ਵਰਲਡ ਲੈਵਲ ਤੱਕ ਬਣਾਇਆ। ਪਹਿਲਾ ਨਾਮ ਹੈ ਅਮਰ ਸਿੰਘ ਚਮਕੀਲਾ, ਅਤੇ ਜਿਨ੍ਹਾਂ ਦੇ ਜ਼ਿਆਦਾਤਰ ਗਾਣੇ ਲੱਚਰ ਹੁੰਦੇ ਸੀ ਅਤੇ ਕੁਝ ਅਜਿਹੇ ਗਾਣੇ ਸੀ ਜੋ ਆਪਾਂ ਪਰਿਵਾਰ ਵਿੱਚ ਬਹਿ ਕੇ ਸੁਣ ਸਕਦੇ ਸੀ। ਉਹਨਾਂ ਦੇ ਧਾਰਮਿਕ ਗਾਣੇ ਵੀ ਬੜੇ ਹਿੱਟ ਹੋਏ ਨੇ। ਅਤੇ ਲੱਚਰ ਗਾਣੇ ਕਿਹੜੇ ਸੀ? ਆਟੇ ਵਾਂਗੂ ਗੁੰਨਤੀ ਬਗਾਨੇ ਪੁੱਤ ਨੇ, ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਟੱਕੂ ਦਾ ਟੱਕੂਆ ਖੜਕੇ, ਅਤੇ ਧਾਰਮਿਕ ਗਾਣੇ ਜੋ ਮਕਬੂਲ ਹੋਏ ਸੀ, ਸਾਤੋ ਬਾਬਾ ਖੋਲਿਆ ਤੇਰਾ ਨਨਕਾਣਾ, ਨਾਮ ਜਪਲਾ ਨਿਵਾਣੇ ਜਿੰਦੇ ਮੇਰੀਏ, ਕੰਧੇ ਸਰਹੰਦ ਦੀਏ, ਇੱਦਾਂ ਦੇ ਗੀਤ ਜੋ ਧਾਰਮਿਕ ਗਾਣੇ ਬੜੇ ਮਕਬੂਲ ਹੋਏ ਸੀ। ਅਤੇ ਉਹਨੂੰ ਜਾਣਿਆ ਜਾਂਦਾ ਸੀ ਲੱਚਰ ਗੀਤਾਂ ਕਰਕੇ, ਅਤੇ ਜਿਹਦੇ ਕਰਕੇ ਉਹਦਾ ਕਤਲ ਵੀ ਹੋਇਆ। ਅਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ, ਜੋ ਆਪਣੀ ਸਰਦਾਰੀ ਨੂੰ, ਆਪਣੀ ਪੱਗ ਨੂੰ ਵਰਲਡ ਲੈਵਲ ਤੱਕ ਲੈ ਕੇ ਗਿਆ ਸੀ, ਅਤੇ ਉਹਦੇ ਗਾਣੇ ਵੀ ਡੀਜਿਆਂ 'ਤੇ, ਟਰੈਕਟਰਾਂ 'ਤੇ ਵੱਜਦੇ ਨੇ, ਹੁਣ ਵੀ ਵੱਜਦੇ ਨੇ, ਵੱਜਦੇ ਸੀ। ਅਤੇ ਜਦੋਂ ਗਾਣਾ ਕੱਢਦਾ, ਲੋਕ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੇ ਵਿਊ ਲੱਖਾਂ ਕਰੋੜਾਂ ਤੱਕ ਪਹੁੰਚ ਜਾਂਦੇ ਨੇ, ਲੋਕ ਹੁਣ ਵੀ ਉਹਨੂੰ ਪਸੰਦ ਕਰਦੇ ਨੇ ਸੁਣਨਾ। ਉਹਦੇ ਗਾਣੇ ਜਦੋਂ ਜਿਉਂਦਾ ਹੁੰਦਾ ਸੀ ਤਾਂ ਉਹਦੇ ਅਖਾੜੇ ਜ਼ਿਆਦਾ ਲੱਗਦੇ ਸੀ ਅਤੇ ਬਾਕੀ ਸਿੰਗਰਾਂ ਦਾ ਕੰਮ ਨਹੀਂ ਚੱਲਦਾ ਸੀ। ਇੱਕ ਇਹ ਵੀ ਕਾਰਨ ਮੰਨਿਆ ਜਾ ਰਿਹਾ ਵੀ ਕਿਤੇ ਉਹਨਾਂ ਨੂੰ ਸਿੰਗਰਾਂ ਵੱਲੋਂ ਤਾਂ ਨਹੀਂ ਮਰਵਾਇਆ ਗਿਆ, ਅਤੇ ਉਹਨਾਂ ਦੀ ਉਮਰ ਵੀ ਸੀ, ਦੋਨਾਂ ਦੀ ਸੇਮ ਮੰਨੀ ਜਾਂਦੀ ਹੈ। ਜਦੋਂ ਮਾਰਿਆ ਗਿਆ ਸੀ ਉਹਨਾਂ ਦੀ, ਜਿਹੜਾ ਮਾਰਨ ਦਾ ਕਾਰਨ ਬਣੀਆਂ ਗੋਲੀਆਂ, ਅਤੇ ਗੋਲੀਆਂ ਨਾਲ ਮਾਰਿਆ ਗਿਆ ਦੋਨਾਂ ਨੂੰ, ਅਤੇ ਉਮਰ ਸੀ 29 ਸਾਲ ਸਿੱਧੂ ਮੂਸੇਵਾਲੇ ਦੀ, ਅਤੇ ਅਮਰ ਸਿੰਘ ਚਮਕੀਲੇ ਦੀ ਉਮਰ ਸੀ 27 ਸਾਲ। ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਕਤਲ ਕੀਤਾ ਗਿਆ। ਪਰ ਆਪਾਂ ਗੱਲ ਕਰਨ ਲੱਗੇ ਹਾਂ ਅਮਰ ਸਿੰਘ ਚਮਕੀਲੇ ਦੀ। ਉਹਨੂੰ ਲੱਚਰ ਗੀਤਾਂ ਕਰਕੇ ਮਾਰਿਆ ਗਿਆ ਵੀ ਅਸ਼ਲੀਲ ਗਾਣੇ ਗਾਉਂਦਾ ਸੀ, ਪਰ ਉਹਦਾ ਕਸੂਰ ਕੀ ਸੀ? ਜੋ ਲੋਕ ਉਹ ਤੋਂ ਚਾਹੁੰਦੇ ਸੀ, ਜੋ ਸੁਣਨਾ ਚਾਹੁੰਦੇ ਸੀ, ਉਹੀ ਲੋਕਾਂ ਸਾਹਮਣੇ ਗਾਉਂਦਾ ਸੀ, ਲੋਕ ਫਰਮਾਇਸ਼ ਕਰਦੇ ਸੀ ਇਹੋ ਜਿਹੇ ਗੀਤਾਂ ਦੀ। ਉਹ ਸਮਾਜ ਵਿੱਚ ਜੋ ਹੁੰਦਾ ਸੀ, ਦੇਖਦਾ ਸੀ, ਉਹ ਆਪਣੇ ਗੀਤਾਂ ਰਾਹੀਂ ਪੇਸ਼ ਕਰਦਾ ਸੀ। ਤੁਹਾਨੂੰ ਦੱਸ ਦਈਏ ਅਮਰ ਸਿੰਘ ਚਮਕੀਲੇ ਉੱਤੇ ਫਿਲਮ ਵੀ ਆ ਚੁੱਕੀ ਹੈ ਚਮਕੀਲਾ, ਜਿਹਦੇ ਵਿੱਚ ਕਿਰਦਾਰ ਕਰਿਆ ਹੈ, ਚਮਕੀਲੇ ਦਾ ਕਿਰਦਾਰ ਕਰਿਆ ਦਲਜੀਤ ਦੁਸਾਂਝ ਨੇ, ਅਤੇ ਅਮਰਜੋਤ ਦਾ ਕਿਰਦਾਰ ਕਰਿਆ ਪਰਨੀਤੀ ਚੋਪੜਾ ਨੇ, ਅਤੇ ਦੋਨਾਂ ਨੇ ਕਿਰਦਾਰ ਨੂੰ ਬਹੁਤ ਹੀ ਖੂਬੀ ਨਿਭਾਇਆ ਅਤੇ ਫਿਲਮ ਦੇ ਵਿੱਚ ਜੋ ਸੀਨ ਲਏ ਗਏ ਨੇ ਬਿਲਕੁਲ ਫਿਲਮ ਰੀਅਲ ਲਾਈਫ ਦੇ ਬਿਲਕੁਲ ਨਜ਼ਦੀਕ ਹੈ, ਜੋ ਉਹਦੀ ਜ਼ਿੰਦਗੀ ਵਿੱਚ ਹੋਇਆ, ਜੋ ਕਹਾਣੀ ਚਮਕੀਲੇ ਦੱਸੀ ਗਈ ਹੈ, ਜੋ ਗੂਗਲ 'ਤੇ ਵਿਕੀਪੀਡੀਆ 'ਤੇ ਜੋ ਦੱਸਿਆ ਗਿਆ ਉਹ ਸੇਮ ਫਿਲਮ ਦੇ ਵਿੱਚ ਦੁਹਰਾਇਆ ਗਿਆ, ਫਿਲਮ 'ਚ ਫਰਮਾਇਆ ਗਿਆ। ਜੋ ਪੂਰੇ ਸੀਨ ਨੇ ਰੰਗ ਨੂੰ ਲੈ ਕੇ, ਵੀਡੀਓ ਨੂੰ ਲੈ ਕੇ, ਜੈਸਚਰ ਨੂੰ ਲੈ ਕੇ ਉਸ ਤਰ੍ਹਾਂ ਹੀ ਲੈ ਗਏ ਨੇ ਜਿਵੇਂ ਉਹ ਜੈਸਚਰ ਕਰਦਾ ਸੀ ਅਖਾੜਿਆਂ ਦੇ ਵਿੱਚ, ਸਟੈਪ ਕਰਦਾ ਸੀ ਅਮਰਜੋਤ ਦੇ ਵੀ ਉੱਦਾਂ ਹੀ ਪੂਰੀ ਤਰ੍ਹਾਂ ਉਹਨੂੰ ਇੱਕ ਤਰ੍ਹਾਂ ਅਬਜ਼ਰਵ ਕਰਕੇ ਉਹਦਾ ਕਰੈਕਟਰ ਪਲੇ ਕੀਤਾ ਗਿਆ ਅਮਰਜੋਤ ਦਾ। ਜਿਵੇਂ ਉਹ ਜੂੜਾ ਕਰਦੇ ਸੀ ਪਿੱਛੇ, ਉਵੇਂ ਜੂੜਾ ਕੀਤਾ ਗਿਆ। ਜਿਵੇਂ ਫਰੈਂਚ ਦਿਖਾਇਆ ਗਿਆ ਦਲਜੀਤ ਦੁਸਾਂਝ ਦਾ, ਉੱਦਾਂ ਦਾ ਫਰੈਂਚ ਸੀਗਾ ਚਮਕੀਲੇ ਦਾ। ਤਾਂ ਚਮਕੀਲੇ ਨੇ ਦੋ ਵਿਆਹ ਕਿਉਂ ਕਰਾਏ? ਉਹ ਦੋ ਵਿਆਹ ਕਰਾਏ ਹੋਏ ਸੀਗੇ, ਜਿਹਦੇ ਨਾਲ ਜੋੜੀ ਬਣੀ, ਦੂਜਾ ਵਿਆਹ ਉਹਦੇ ਨਾਲ ਕਰਵਾਇਆ ਅਮਰਜੋਤ ਨਾਲ, ਅਤੇ ਉਹਦੇ ਨਾਲ ਅਖਾੜੇ ਲਾਉਂਦਾ ਸੀ। ਅਤੇ ਤੁਹਾਨੂੰ ਗੱਲ ਕਰੀਏ ਚਮਕੀਲੇ ਦਾ ਜਨਮ ਦੀ, ਚਮਕੀਲੇ ਦਾ ਅਮਰ ਸਿੰਘ ਚਮਕੀਲੇ ਦਾ ਜਨਮ
1960 ਦੇ ਵਿੱਚ ਹੋਇਆ। 31 ਜੁਲਾਈ ਜ਼ਿਲ੍ਹਾ ਲੁਧਿਆਣਾ ਪਿੰਡ ਦੁਗਰੀ ਦੇ ਵਿੱਚ ਹੋਇਆ। ਉੱਥੇ ਉਹਦਾ ਬਚਪਨ ਬੀਤਿਆ ਅਤੇ ਉੱਥੇ ਪੜ੍ਹਾਈ ਲਿਖਾਈ ਸ਼ੁਰੂ ਕੀਤੀ ਅਤੇ ਪੜ੍ਹਾਈ ਦੇ ਵਿੱਚ ਮਨ ਨਾ ਲੱਗਿਆ ਤਾਂ ਜਰਾਬਾਂ ਦੀ ਫੈਕਟਰੀ ਵਿੱਚ ਲੱਗ ਗਿਆ। ਉੱਥੇ ਜਰਾਬਾਂ ਬਣਾਉਣ ਦਾ ਕੰਮ ਕਰਦਾ ਸੀ ਪਰ ਉਹਦਾ ਪਿਤਾ ਉਹਨੂੰ ਅਫਸਰ ਬਣਾਉਣਾ ਚਾਹੁੰਦਾ ਸੀ, ਇਸ ਕਰਕੇ ਉਹਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਲਾ ਦਿੱਤਾ ਗਿਆ। ਪਰ ਘਰ ਦੀ ਗਰੀਬੀ ਹੋਣ ਕਾਰਨ ਉਹਦੇ ਪਿਤਾ ਨੇ ਉਹਨੂੰ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ। ਉਹਦਾ ਉੱਥੇ ਵੀ ਮੰਨਣ ਲੱਗਿਆ। ਉਹਦੇ ਅੰਦਰ ਆਪਣੀ ਕਲਾ ਦਾ ਇੱਕ ਜਵਾਲਾਮੁਖੀ ਫਟ ਰਿਹਾ ਸੀ ਜਿਹਨੂੰ ਉਹ ਬਾਹਰ ਕੱਢਣਾ ਚਾਹੁੰਦਾ ਸੀ। ਜਿਵੇਂ ਕਹਿੰਦੇ ਨੀ ਆਪਾਂ ਕਰਨਾ ਕੁਛ ਹੋਰ ਚਾਹੁੰਦੇ ਹਾਂ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਹੁੰਦਾ। ਇੱਕ ਛੋਟੀ ਜਿਹੀ ਫੈਕਟਰੀ ਤੋਂ ਲੈ ਕੇ ਉਹ ਵੀ ਨਹੀਂ ਜਾਣਦਾ ਸੀ ਮੈਂ ਐਡਾ ਬੜਾ ਫਨਕਾਰ ਬਣ ਜੂੰਗਾ, ਪਰ ਇਹ ਕਹਿੰਦਾ ਸੀ ਮੈਂ ਭੁੱਖਾ ਨਹੀਂ ਮਰਦਾ, ਮੈਂ ਇੱਕ ਵਧੀਆ ਵੱਡਾ ਕਲਾਕਾਰ ਬਣੂੰਗਾ, ਉਹ ਆਪ ਕਹਿ ਰਿਹਾ ਸੀ। ਤੇ ਜਦੋਂ ਕਾਰਖਾਨੇ ਵਿੱਚ ਕੰਮ ਕਰਦਾ ਸੀ ਜਰਾਬਾਂ ਬਣਾਉਣ ਦਾ ਤੇ ਨਾਲ ਨਾਲ ਗੀਤ ਗਾਉਂਦਾ ਸੀ, ਗੀਤ ਲਿਖਣੇ ਸ਼ੁਰੂ ਕੀਤੇ। ਇੱਕ ਦਿਨ ਉਹਦੇ ਮਨ ਵਿੱਚ ਆਇਆ ਵੀ ਮੈਂ ਆਪਣੇ ਗੀਤ ਕਿਸੇ ਨੂੰ ਦਿਖਾ ਕੇ ਆਵਾਂ, ਤਾਂ ਉਹਨੇ ਸੋਚਿਆ ਵੀ ਹੈ ਮੈਂ ਗੀਤਾਂ ਦੀ ਕਾਪੀ ਹੈ ਕਿਸੇ ਨੂੰ ਦਿਖਾ ਕੇ ਆਵਾਂ। ਤੇ ਉਹ ਇੱਕ ਦਿਨ ਸੁਰਿੰਦਰ ਸ਼ਿੰਦੇ ਦੇ ਦਫ਼ਤਰ ਗਿਆ ਜੋ ਦੁਨੀਆਂ ਵਿੱਚ ਨਹੀਂ ਰਹੇ ਸੁਰਿੰਦਰ ਸ਼ਿੰਦਾ ਜੀ, ਉਹਦੇ ਦਫ਼ਤਰ ਵਿੱਚ ਗਿਆ ਤੇ ਆਪਣੀ ਕਾਪੀ ਗੀਤਾਂ ਦੀ ਉਹਨੂੰ ਉਹਦੇ ਕੋਲ ਲੈ ਕੇ ਗਿਆ ਤਾਂ ਉਹਦੀ ਕਾਪੀ ਨੂੰ ਦੇਖ ਕੇ ਉਹਦੀ ਕਲਾ ਨੂੰ ਦੇਖ ਕੇ ਸੁਰਿੰਦਰ ਸ਼ਿੰਦਾ ਜੀ ਨੇ ਉਹਨੂੰ ਆਪਣਾ ਸ਼ਾਗਿਰਦ ਬਣਾ ਲਿਆ। ਉਹਦੀ ਨਿਪੁੰਨਤਾ ਦੇਖ ਕੇ ਉਹਦੀ ਲਗਨ ਦੇਖ ਕੇ ਉਹਨੂੰ ਗਰੁੱਪ ਜੁਆਇਨ ਕਰਾ ਦਿੱਤਾ ਜਿਹਦੇ ਵਿੱਚ ਉਹ ਢੋਲਕੀ ਵਾਦਕ ਬਣ ਗਿਆ। ਅਤੇ ਇੱਕ ਦਿਨ ਦੀ ਗੱਲ ਹੈ ਜਦੋਂ ਚੰਡੀਗੜ੍ਹ ਸੁਰਿੰਦਰ ਸ਼ਿੰਦਾ ਦਾ ਸ਼ੋਅ ਸੀਗਾ ਤਾਂ ਸੁਰਿੰਦਰ ਸ਼ਿੰਦਾ ਕਿਸੇ ਕਾਰਨ ਲੇਟ ਹੋ ਗਿਆ ਤਾਂ ਉੱਥੇ ਲੋਕ ਰੌਲਾ ਪਾਉਣ ਲੱਗ ਗਏ ਵੀ ਸਿੰਗਰ ਨਹੀਂ ਪਹੁੰਚਿਆ। ਤਾਂ ਫਿਰ ਉਹਦੇ ਮੈਨੇਜਰ ਨੇ, ਸਟੇਜ ਮੈਨੇਜਰ ਨੇ ਚਮਕੀਲੇ ਡਿਊਟੀ ਲਈ ਗੀਤ ਗਾਉਣ ਦੀ, ਚਮਕੀਲਾ ਨਾ ਕਰ ਰਿਹਾ ਸੀ ਕਿਉਂਕਿ ਉਹ ਗਾਉਣਾ ਚਾਹੁੰਦਾ ਨਹੀਂ ਸੀ ਕਿਉਂਕਿ ਉਹਦਾ ਗੁਰੂ ਸੀ, ਗੁਰੂ ਦਾ ਅਖਾੜਾ ਸੀ, ਗੁਰੂ ਤੋਂ ਪਹਿਲਾਂ ਨਹੀਂ ਗਾ ਸਕਦਾ। ਤਾਂ ਉਹਨੂੰ ਲੋਕ ਜਿਹੜੇ ਰੌਲਾ ਪਾ ਰਹੇ ਸੀ ਤਾਂ ਮੈਨੇਜਰ ਨੇ ਫੋਰਸ ਕਰਕੇ ਉਹਨੂੰ ਸਟੇਜ 'ਤੇ ਚਾੜ ਦਿੱਤਾ ਅਤੇ ਉਹਨੂੰ ਉੱਥੇ ਅਮਰ ਸਿੰਘ ਚਮਕੀਲੇ ਦੇ ਨਾਂ ਪੇਸ਼ ਕੀਤਾ ਗਿਆ, ਜਿਹੜਾ ਚਮਕੀਲਾ ਨਾਮ ਹੈ ਪੂਰੀ ਦੁਨੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਪ੍ਰਸਿੱਧ ਹੋ ਗਿਆ। ਉਹ ਗੀਤ ਗਾ ਰਿਹਾ ਸੀ ਤਾਂ ਲੋਕ ਨੱਚਣ ਲੱਗ ਗਏ, ਲੋਕਾਂ ਨੂੰ ਉਹਦੇ ਗੀਤ ਪਸੰਦ ਆਉਣ ਲੱਗ ਗਏ। ਤਾਂ ਜਦੋਂ ਸੁਰਿੰਦਰ ਸ਼ਿੰਦਾ ਸਟੇਜ 'ਤੇ ਪਹੁੰਚਿਆ ਤਾਂ ਉਹਨੂੰ ਗਾਉਂਦਾ ਦੇਖ ਰਿਹਾ ਸੀਗਾ, ਲੋਕ ਨੱਚ ਰਹੇ ਸੀ। ਜਦੋਂ ਗਾਉਣ ਲੱਗਿਆ ਸੁਰਿੰਦਰ ਸ਼ਿੰਦਾ ਸਟੇਜ 'ਤੇ ਆਇਆ ਤਾਂ ਅਮਰ ਸਿੰਘ ਚਮਕੀਲਾ ਜਦੋਂ ਗਾ ਰਿਹਾ ਸੀ ਤਾਂ ਗਾਉਣੋਂ ਹਟ ਗਿਆ। ਤਾਂ ਜਦੋਂ ਗਾਉਣਾ ਸ਼ੁਰੂ ਕੀਤਾ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵੀ ਅਸੀਂ ਤਾਂ ਅਮਰ ਸਿੰਘ ਚਮਕੀਲਾ ਨੂੰ ਸੁਣਨਾ ਚਾਹੁੰਦੇ ਹਾਂ, ਉਹਦੇ ਸਾਨੂੰ ਗੀਤ ਵਧੀਆ ਲੱਗਦੇ ਨੇ। ਉੱਥੇ ਲੋਕਾਂ ਨੂੰ ਪਸੰਦ ਆਉਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਉਹ ਜੋੜੀਆਂ ਬਣੀਆਂ, ਕਈ ਜੋੜੀਆਂ ਟੁੱਟੀਆਂ, ਕਈ ਬਣੀਆਂ। ਫਿਰ ਉਹਨੇ ਕਈ ਕੰਪਨੀਆਂ ਤੋਂ ਆਪਣੇ ਗਾਣੇ ਰਿਕਾਰਡ ਸ਼ੁਰੂ ਕਰਵਾਏ ਤਾਂ ਉਹਦੀ ਕਲਾ ਨੂੰ ਦੇਖ ਕੇ ਕਈ ਕੰਪਨੀਆਂ ਨੇ ਉਹਦੇ ਕੋਲ ਡਿਮਾਂਡਾਂ ਆਉਣ ਲੱਗੀਆਂ ਗਾਣੇ ਰਿਕਾਰਡ ਕਰਵਾਉਣ ਲਈ। ਜਦੋਂ ਉਹਦੇ ਕੋਲ ਪੈਸੇ ਆਉਣੇ ਸ਼ੁਰੂ ਹੋਏ ਤਾਂ ਉਹਨੇ ਇਨਵੈਸਟਰ ਗੱਡੀ ਲਿਆਂਦੀ ਜੋ ਪਿੰਡ ਦੇ ਵਿੱਚ ਕਿਸੇ ਕੋਲ ਨਹੀਂ ਸੀ, ਤਾਂ ਉਹਦੇ ਪੂਰਾ ਫਕਰ ਦੇ ਨਾਲ ਰੌਲਾ ਪਾਉਣ ਲੱਗਿਆ ਉਹਦਾ ਚਾਚਾ। ਤਾਂ ਮਕੀਲਾ ਵੀ ਖੁਸ਼ ਹੋਣ ਲੱਗਿਆ ਵੀ ਮੈਂ ਐਡਾ ਵੱਡਾ ਸਿੰਗਰ ਬਣ ਗਿਆ ਵੀ ਲੋਕ ਮੈਨੂੰ ਪਸੰਦ ਕਰਨ ਲੱਗ। ਆਪਣੇ ਗਾਣੇ ਸੁਣਦਾ ਸੀ ਦੁਕਾਨ 'ਤੇ, ਟਰੱਕ 'ਤੇ ਜਦੋਂ ਵੱਜਦੇ ਸੁਣਦਾ ਸੀ ਤਾਂ ਖੁਸ਼ ਹੁੰਦਾ ਸੀ। ਕਈ ਉਹਨੇ ਗਾਣੇ ਰਿਕਾਰਡ ਕਰਵਾਏ ਤਾਂ ਉਹ ਤਵੇ ਵਿਕਣ ਲੱਗੇ ਜਦੋਂ ਤਵਿਆਂ ਜਵਾਨਾ ਸੀਗਾ। ਫਿਲਮ ਦੇ ਵਿੱਚ ਵੀ ਬਹੁਤ ਸੋਹਣਾ ਦਿਖਾਇਆ ਗਿਆ ਹੈ, ਵਿਜ਼ੂਅਲ ਰਾਹੀਂ ਸੀਨ ਬਹੁਤ ਸੋਹਣੇ ਕ੍ਰੀਏਟ ਕੀਤੇ ਗਏ ਨੇ ਫਿਲਮ ਦੇ ਵਿੱਚ ਵੀ। ਅਤੇ ਉਸ ਤੋਂ ਬਾਅਦ ਜਦੋਂ ਹਿੱਟ ਹੋ ਗਿਆ ਤਾਂ ਉਹਨੂੰ ਧਮਕੀ ਆਉਣਾ ਸ਼ੁਰੂ ਹੋ ਗਈ। ਧਮਕੀਆਂ ਕੌਣ ਦੇ ਰਿਹਾ ਸੀ,
ਕੁਝ ਧਾਰਮਿਕ ਪ੍ਰਚਾਰਕ ਉਹਨੂੰ ਧਮਕੀ ਦੇ ਰਹੇ ਸੀ ਵੀ ਉਹ ਲੱਚਰ ਗੀਤ ਨਾ ਗਾਵੇ, ਸਾਫ ਸੁਥਰੇ ਗੀਤ ਗਾਇਆ ਕਰੇ। ਪਰ ਉਹ ਆਪਣੀ ਅਣਖ 'ਤੇ ਕਾਇਮ ਰਿਹਾ, ਉਹ ਪਿੱਛੇ ਨਹੀਂ ਹਟਿਆ, ਮੌਤ ਤੋਂ ਨਹੀਂ ਡਰਿਆ, ਮਨ ਤੋਂ ਨਹੀਂ ਡਰਦਾ ਸੀ ਉਹ। ਤਾਂ ਉਹ ਕਹਿੰਦਾ ਸੀ ਵੀ ਲੋਕ ਇਹ ਸੁਣਨਾ ਪਸੰਦ ਕਰਦੇ ਨੇ, ਲੋਕ ਡਿਮਾਂਡ ਕਰਦੇ ਨੇ ਐਵੇਂ ਜਿਹੇ ਗੀਤਾਂ ਦੀ। ਉਹ ਵੀ ਕਿਤੇ ਨਾ ਕਿਤੇ ਗਲਤ ਨਹੀਂ ਸੀ, ਕਿਉਂਕਿ ਜੋ ਸਮਾਜ ਵਿੱਚ ਹੁੰਦਾ ਸੀ ਉਹ ਲੋਕਾਂ ਸਾਹਮਣੇ ਪੇਸ਼ ਕਰਦਾ ਸੀ, ਆਪਣੀ ਗੀਤਕਾਰੀ ਰਾਹੀਂ ਪੇਸ਼ ਕਰਦਾ ਸੀ। ਤਾਂ ਫਿਰ ਉਹ ਸਾਫ ਸੁਥਰੇ ਗੀਤ ਗਾਉਣ ਲੱਗਿਆ ਸਟੇਜ ਉੱਤੇ ਧਮਕੀ ਮਿਲਣ ਦੇ ਕਾਰਨ, ਅਤੇ ਆਪਣੇ ਉਹਨੇ ਗੀਤ ਚੇਂਜ ਕੀਤੇ, ਗੀਤ ਹੋਰ ਲਿਖਣੇ ਸ਼ੁਰੂ ਕੀਤੇ, ਸਾਫ ਸੁਥਰੇ ਗੀਤ ਲਿਖਣੇ ਸ਼ੁਰੂ ਕੀਤੇ, ਧਾਰਮਿਕ ਕੈਸਟ ਕੱਢੀ, ਧਾਰਮਿਕ ਗੀਤ ਗਾਉਣੇ ਸ਼ੁਰੂ ਕੀਤੇ। ਲੋਕ ਫਿਰ ਡਿਮਾਂਡ ਕਰਦੇ ਸੀ ਲੱਚਰ ਗੀਤਾਂ ਦੀ, ਚਿੱਠੀਆਂ ਦੇ ਕੇ ਉਹਨੂੰ ਡਿਮਾਂਡ ਕਰਦੇ ਸੀ। ਉਹਦੇ ਜਿਹੜੇ ਸ਼ੋਅ ਲੱਗੇ ਨੇ ਕੈਨੇਡਾ, ਅਮਰੀਕਾ, ਕਈ ਜਗ੍ਹਾ ਸ਼ੋਅ ਲੱਗੇ ਨੇ, ਇੰਡੀਆ ਤੋਂ ਇਲਾਵਾ ਵਰਲਡ ਦੇ ਵਿੱਚ ਵੀ ਉਹਦੇ ਸ਼ੋਅ ਲੱਗੇ ਨੇ। ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਤਾਂ ਲੋਕ ਆਪਣੀ ਡੇਟ, ਵਿਆਹ ਦੀ ਡੇਟ ਉਹਦੇ ਸ਼ੋਅ ਨੂੰ ਦੇਖ ਕੇ ਰੱਖਦੇ ਸੀ, ਕਿਉਂਕਿ ਸਾਲ ਦੇ ਵਿੱਚ 365 ਦਿਨ ਹੁੰਦੇ ਨੇ, 365 ਦਿਨਾਂ ਵਿੱਚ ਉਹਦੇ 366 ਅਖਾੜੇ ਲੱਗਦੇ ਸੀ। ਏਦਾਂ ਹੀ ਇੱਕ ਕੈਨੇਡਾ ਦੇ ਸ਼ੋਅ ਵਿੱਚ ਹੋਇਆ, ਉੱਥੇ ਵੀ ਜਿਹੜਾ ਹਾਲ ਸੀ ਪੂਰਾ ਹਾਊਸਫੁੱਲ ਹੋ ਗਿਆ, ਅਤੇ ਉਹਨਾਂ ਨੂੰ ਹਜ਼ਾਰ ਦੇ ਕਰੀਬ ਕੁਰਸੀਆਂ ਲਾਉਣੀਆਂ ਪਈਆਂ। ਉਹ ਦੱਸ ਰਿਹਾ ਸੀ ਜਦੋਂ ਅਮਿਤਾਭ ਬੱਚਨ ਦਾ ਸ਼ੋਅ ਸੀ ਤਾਂ ਸਾਨੂੰ 124 ਕੁਰਸੀਆਂ ਲਾਉਣੀਆਂ ਪਈਆਂ, ਅਤੇ ਚਮਕੀਲੇ ਨੇ ਉਹਦਾ ਵੀ ਰਿਕਾਰਡ ਤੋੜਿਆ ਸੀ ਅਮਿਤਾਭ ਬੱਚਨ ਦਾ। ਐਡਾ ਵੱਡਾ ਹਿੱਟ ਕਲਾਕਾਰ ਹੋਇਆ ਅਮਰ ਸਿੰਘ ਚਮਕੀਲਾ, ਹੁਣ ਵੀ ਇਹਦੇ ਗੀਤ ਚੱਲਦੇ ਨੇ ਡੀਜਿਆਂ 'ਤੇ, ਪਹਿਲੇ ਲਲਕਾਰੇ ਨਾਲ। ਆਟੇ ਵਾਂਗੂ ਗੁੰਨ ਦੇ ਬਗਾਨੇ ਪੁੱਤਰ ਨੇ, ਟੱਕੂ ਦਾ ਟੱਕੂ ਖੜ ਕੇ ਹਜ਼ਾਰਾਂ ਗੀਤ ਰਿਕਾਰਡ ਕਰਾਏ ਚਮਕੀਲੇ ਨੇ। ਇੱਕ ਪਟੋਲਾ ਫਿਲਮ ਦੇ ਵਿੱਚ, ਪੰਜਾਬੀ ਪਟੋਲਾ ਫਿਲਮ, ਇਹਦੇ ਇੱਕ ਗਾਣੇ ਕਰਕੇ ਹਿੱਟ ਹੋਈ ਸੀ, ਪਹਿਲੇ ਲਲਕਾਰੇ ਨਾਲ ਉਹਦੇ ਵਿੱਚ ਗਾਣਾ ਪੇਸ਼ ਕੀਤਾ ਗਿਆ ਸੀ, ਫਿਲਮਾਇਆ ਗਿਆ ਸੀ ਉਹ ਫਿਲਮ ਦੇ ਵਿੱਚ। ਇਹਦੀ ਮੌਤ ਦਾ ਕਾਰਨ ਬਣੀਆਂ ਗੋਲੀਆਂ। ਜਦੋਂ ਇਹ ਮਹਿਮਸਪੁਰ ਇੱਕ ਵਿਆਹ ਦੇ ਵਿੱਚ ਖਾੜਾ ਲਾਉਣ ਜਾ ਰਿਹਾ ਸੀ, ਜਦੋਂ ਇਹ ਟਾਕੀ ਵਿੱਚ ਬਾਹਰ ਨਿਕਲਦਾ, ਗੱਡੀ ਵਿੱਚੋਂ ਬਾਹਰ ਨਿਕਲਦਾ, ਤਾਂ ਅੰਨੇਵਾਹ ਗੋਲੀਆਂ ਵੱਜਦੀਆਂ ਨੇ। ਇਹ ਹਲੇ ਵੀ ਗੁੱਛੀ ਉਲਝੀ ਹੋਈ ਹੈ ਵੀ ਗੋਲੀਆਂ ਕਿਹਨੇ ਮਰਵਾਇਆ, ਸਿੰਗਰਾਂ ਨੇ ਮਰਵਾਇਆ, ਖਾਲਿਸਤਾਨੀ ਸਮਰਥਕਾਂ ਨੇ ਮਰਵਾਇਆ, ਜਾਂ ਉਹਦੀ ਚੜ੍ਹਾਈ ਦੇਖ ਕੇ ਮਰਵਾਇਆ। ਅਲੱਗ ਅਲੱਗ ਵਿਚਾਰ ਨੇ ਲੋਕਾਂ ਦੇ। ਜਦੋਂ ਹੀ ਗੱਡੀ ਵਿੱਚੋਂ ਬਾਹਰ ਨਿਕਲਦੇ ਤਾਂ ਸਿੱਧੀ ਗੋਲੀ ਉਹਦੇ ਮੱਥੇ 'ਚ ਲੱਗਦੀ ਹੈ, ਅਮਰਜੋਤ ਦੇ। ਉਸ ਤੋਂ ਬਾਅਦ ਚਮਕੀਲੇ ਦੇ ਗੋਲੀ ਵੱਜਦੀ ਹੈ, ਤਾਂ ਮੌਕੇ 'ਤੇ ਹੀ ਉਹਨਾਂ ਦੀ ਹੱਤਿਆ ਹੋ ਜਾਂਦੀ ਹੈ। ਅਤੇ ਉਹਦਾ ਸੰਸਕਾਰ ਹੈ ਜਿਹੜਾ ਪਿੰਡ ਦੇ ਲੋਕਾਂ ਵੱਲੋਂ ਕੀਤਾ ਗਿਆ, ਤੁਹਾਨੂੰ ਦੱਸ ਦਿਓ ਉਹਦੀ ਮੌਤ ਜਿਹੜੀ ਹੋਈ ਸੀ, ਉਹਦਾ ਕਤਲ ਕੀਤਾ ਗਿਆ ਪਿੰਡ ਮਹਿਮਸਪੁਰ ਦੇ ਵਿੱਚ 8 ਮਾਰਚ 1988 ਦੇ ਵਿੱਚ, ਉਹਦੀ ਉਮਰ 27 ਸਾਲ ਦੀ ਸੀ। ਇਹ ਸੀ ਚਮਕੀਲੇ ਦੀ ਕਹਾਣੀ। ਅਤੇ ਮੈਂ ਮਨਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ਪੇਂਡੂ ਟੀਵੀ। ਧੰਨਵਾਦ।